ਗੰਦੇ ਪਾਣੀ ਚੋਂ ਮਿਲੀ ਏਟੀਐਮ ਮਸ਼ੀਨ, ਮੌਕੇ ਤੇ ਮੌਜੂਦ ਲੋਕਾਂ 'ਚ ਮਚੀ ਖਲਬਲੀ। ਦੱਸ ਦੇ ਕਿ ਲੋਕਾਂ 'ਚ ਉਸ ਸਮੇਂ ਸਨਸਨੀ ਫੈਲ ਜਾਂਦੀ ਹੈ ਜਦ ਪਤਾ ਲੱਗਦਾ ਕਿ ਗੰਦੇ ਨਾਲੇ ਦੇ ਵਿੱਚ ਇੱਕ ਏਟੀਐਮ ਮਸ਼ੀਨ ਵਰਗੀ ਲੋਹੇ ਵਰਗੀ ਚੀਜ਼ ਪਈ ਹੈ, ਜਿਸ ਤੋਂ ਬਾਅਦ ਨਾਲੇ ਦੇ ਕੋਲ ਲੋਕਾਂ ਦੀ ਕਾਫੀ ਭੀੜ ਲੱਗ ਜਾਂਦੀ ਹੈ ਤੇ ਮੌਕੇ ਤੇ ਇਸ ਸੰਬੰਧੀ ਸੂਚਨਾ ਜਿਹੜੀ ਉਹ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ ਤੇ ਫਿਰ ਇੱਕ ਮਸ਼ੀਨ ਮੰਗਵਾਈ ਜਾਂਦੀ ਹੈ ਜਿਸ ਰਾਹੀਂ ਇਸ ਲੋਹੇ ਵਰਗੀ ਚੀਜ਼ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਕਾਫੀ ਲੋਕਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ ਜੋ ਕਿ ਦੱਸਦੀ ਹੈ ਕਿ ਗੰਦੇ ਨਾਲੇ ਦੇ ਵਿੱਚ ਏਟੀਐਮ ਮਸ਼ੀਨ ਦੀ ਅਫਵਾਹ ਉੱਡੀ ਸੀ। ਫਿਲਹਾਲ ਇਸ ਸੰਬੰਧੀ ਪਤਾ ਨਹੀਂ ਲੱਗ ਪਾਇਆ ਕਿ ਇਹ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ ਚੀਜ਼। ਇਸ ਸੰਬੰਧੀ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੀ ਸੀ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੰਦੇ ਨਾਲੇ ਦੇ ਵਿੱਚ ਏਟੀਐਮ ਮਸ਼ੀਨ ਵਰਗੀ ਕੋਈ ਲੋਹੇ ਦੀ ਚੀਜ਼ ਪਈ ਆ, ਅਸੀਂ ਉਸ ਨੂੰ ਮੌਕੇ ਤੇ ਬਾਹਰ ਕੱਢ ਲਿਆ ਤੇ ਇਸ ਸੰਬੰਧੀ ਜਾਂਚ ਕਰ ਰਹੇ ਹਾਂ, ਬਾਕੀ ਇਸ ਨੂੰ ਧੋ ਕੇ ਪਤਾ ਲੱਗੇਗਾ ਕਿ ਇਹ ਕੀ ਚੀਜ਼ ਹੈ। ਫਿਲਹਾਲ ਇਸ ਸੰਬੰਧੀ ਜਾਣਕਾਰੀ ਨਹੀਂ ਹੈ ਕਿ ਇਹ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ ਚੀਜ਼। ਇਸ ਸੰਬੰਧੀ ਅਸੀਂ ਜਾਂਚ ਕਰ ਰਹੇ ਹਾਂ, ਧੋ ਕੇ ਪਤਾ ਲੱਗੇਗਾ ਕਿ ਇਹ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ। ਤਾਂ ਦੱਸ ਦਈਏ ਕਿ ਇਲਾਕੇ ਦੇ ਵਿੱਚ ਸਨਸਨੀ ਫੈਲੀ ਸੀ ਕਿ ਇਹ ਏਟੀਐਮ ਮਸ਼ੀਨ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਗੰਦੇ ਨਾਲੇ ਦੇ ਵਿੱਚ ਇੱਕ ਏਟੀਐਮ ਮਸ਼ੀਨ ਹੋਣ ਦੀ ਅਫਵਾਹ ਉੱਡੀ ਸੀ। ਫਿਲਹਾਲ ਇਸ ਸੰਬੰਧੀ ਕੁਝ ਪਤਾ ਨਹੀਂ ਹੈ ਕਿ ਇਹ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ ਮਸ਼ੀਨ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਜਿਹੜੀ ਉਹ ਪੁਲਿਸ ਨੂੰ ਮਿਲਦੀ ਹੈ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਮਸ਼ੀਨ ਰਾਹੀਂ ਇਸ ਨੂੰ ਬਾਹਰ ਕੱਢਦਾ ਹੈ ਤੇ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ, ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ, ਉਹ ਹੁਣ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ। ਦੇਖੋ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨੇ ਤੇ ਸੁੱਟ ਕੇ ਗਏ ਨਾਲੇ। ਨਹੀਂ ਬੰਦੇ ਤਾਂ ਨਹੀਂ ਹਲੇ ਕੋਈ ਹੋਈ, ਬੰਦੇ ਜਾਂਚ ਕਰ ਰਹੇ। ਸੂਚਨਾ ਕੀ ਮਿਲੀ ਸੀ? ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ, ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ, ਏਟੀਐਮ ਮਸ਼ੀਨ ਟਾਈਪ ਹੈਗੀ ਆ, ਪਰ ਹੁਣ ਕੱਢੀ ਆ ਬਾਹਰ, ਹੁਣ ਖੋਲ ਕੇ ਚੈੱਕ ਕਰਦੇ। ਸਾਨੂੰ ਕਲੀਅਰ ਨਹੀਂ ਹੋਇਆ ਕਿ ਏਟੀਐਮ ਹੈਗਾ ਕਿ ਨਹੀਂ। ਹਾਂਜੀ ਹਾਂਜੀ ਹਲੇ ਕਲੀਅਰ ਕਿੰਨੀ ਕਰਨੀ ਪਈ ਇਹਨੂੰ ਕੱਢਣ ਲਈ? ਬੜੀ ਮੁਸ਼ਕਲ, ਤੁਹਾਨੂੰ ਪਤਾ ਉਹ ਤਾਂ ਹੈਗਾ। ਬੰਦਾ ਫੜਿਆ ਗਿਆ ਕੋਈ? ਨਹੀਂ ਬੰਦਾ ਨਹੀਂ ਹਲੇ ਕੋਈ। ਅੱਛਾ ਵੀਰ ਜੀ, ਕਿੰਨਾ ਟਾਈਮ ਲੱਗਾ ਵਾ, ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਕੱਢੀ ਆ? ਕਿੰਨੀ ਦੇਰ, ਕਿੰਨਾ ਟਾਈਮ ਲੱਗ ਗਿਆ? ਘੰਟਾ ਡੇਢ ਘੰਟਾ ਤੇ ਲੱਗ ਗਿਆ ਜੀ। ਇਨਫੋਰਮੇਸ਼ਨ ਕਿਹਨੇ ਦਿੱਤੀ? ਗੁਪਤ ਸੂਚਨਾ ਸੀ? ਗੁਪਤ ਸੂਚਨਾ, ਗੁਪਤ ਸੂਚਨਾ ਦਿੱਤੀ ਸੀ। ਤਾਂ ਹੁਣ ਅਗਲੀ ਕਾਰਵਾਈ ਕੀ ਹੈ? ਜੋ ਬੰਦੀ ਹੈ ਕਰੂ ਜਾਂਚ ਕਰਦੇ ਹਾਂ, ਪਹਿਲਾਂ ਵੇਖਦੇ ਕੀ ਹੈਗਾ ਵਾ, ਜੋ ਹੋਏਗਾ ਉਹ ਸਭ ਨਾਲ ਕਰਾਂਗੇ। ਇੱਥੋਂ ਲੈ ਕੇ ਚੱਲੇ ਹੁਣ? ਇੱਥੇ ਰੌਲਾ ਪਿਆ ਸੀ ਕੋਈ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ, ਤੇ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ, ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ, ਹੁਣ ਇਹਨੂੰ ਧੋ ਕੇ ਵੇਖਣਗੇ ਵੀ ਕੀ ਹੈ, ਇਹ ਤੋਂ ਬਾਅਦ ਪਤਾ ਲੱਗੇਗਾ। ਜਿਹੜਾ ਮਸ਼ੀਨ ਬਾਹਰ ਲੱਗੀ ਹੈ, ਨਿਕਲੀ ਹੈ, ਲੱਗਦਾ ਵੀ ਏਟੀਐਮ ਦੀ ਮਸ਼ੀਨ ਹੈ ਜਾਂ ਕੋਈ ਹੋਰ? ਨਹੀਂ ਕੋਈ ਹੈ ਤਾਂ ਸਾਰੀ ਲੱਗਦੀਆਂ ਏਟੀਐਮ ਮਸ਼ੀਨ ਹੀ ਲੱਗਦੀ ਸੀ ਵੇਖਣ ਨੂੰ, ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ। ਜਾਂਚ ਮਸ਼ਕਤ ਕਰਨੀ ਪਈ ਇਹਨੂੰ ਕੱਢਣ ਵਾਸਤੇ, ਜੇਸੀਬੀ ਮੰਗਾਉਣੀ ਪਈ ਆ, ਬੰਦਿਆਂ ਨੇ ਜਾ ਕੇ ਥੱਲਿਓਂ ਰੱਸਾ ਪਾਇਆ ਵਾ, ਫਿਰ ਮੁੜ ਕੇ ਨਿਕਲੀ ਬਾਹਰ, ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਇਹਦੇ ਵਿੱਚ। ਗੰਦੇ ਪਾਣੀ 'ਚੋਂ ਮਿਲੀ ਏਟੀਐਮ ਮਸ਼ੀਨ, ਮੌਕੇ 'ਤੇ ਮੌਜੂਦ ਲੋਕਾਂ 'ਚ ਮਚੀ ਖਲਬਲੀ। ਦੱਸ ਦਈਏ ਕਿ ਲੋਕਾਂ 'ਚ ਉਸ ਸਮੇਂ ਸਨਸਨੀ ਫੈਲ ਜਾਂਦੀ ਹੈ ਜਦ ਪਤਾ ਲੱਗਦਾ ਕਿ ਗੰਦੇ ਨਾਲੇ ਦੇ ਵਿੱਚ ਇੱਕ ਏਟੀਐਮ ਮਸ਼ੀਨ ਵਰਗੀ ਲੋਹੇ ਵਰਗੀ ਚੀਜ਼ ਪਈ ਹੈ, ਜਿਸ ਤੋਂ ਬਾਅਦ ਨਾਲੇ ਦੇ ਕੋਲ ਲੋਕਾਂ ਦੀ ਕਾਫੀ ਭੀੜ ਲੱਗ ਜਾਂਦੀ ਹੈ ਤੇ ਮੌਕੇ ਤੇ ਇਸ ਸੰਬੰਧੀ ਸੂਚਨਾ ਜਿਹੜੀ ਉਹ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ ਤੇ ਫਿਰ ਇੱਕ ਮਸ਼ੀਨ ਮੰਗਵਾਈ ਜਾਂਦੀ ਹੈ ਜਿਸ ਰਾਹੀਂ ਇਸ ਲੋਹੇ ਵਰਗੀ ਚੀਜ਼ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਕਾਫੀ ਲੋਕਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ ਜੋ ਕਿ ਦੱਸਦੀ ਹੈ ਕਿ ਗੰਦੇ ਨਾਲੇ ਦੇ ਵਿੱਚ ਏਟੀਐਮ ਮਸ਼ੀਨ ਦੀ ਅਫਵਾਹ ਉੱਡੀ ਸੀ। ਫਿਲਹਾਲ ਇਸ ਸੰਬੰਧੀ ਪਤਾ ਨਹੀਂ ਲੱਗ ਪਾਇਆ ਕਿ ਇਹ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ ਚੀਜ਼। ਇਸ ਸੰਬੰਧੀ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੀ ਸੀ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੰਦੇ ਨਾਲੇ ਦੇ ਵਿੱਚ ਏਟੀਐਮ ਮਸ਼ੀਨ ਵਰਗੀ ਕੋਈ ਲੋਹੇ ਦੀ ਚੀਜ਼ ਪਈ ਆ, ਅਸੀਂ ਉਸ ਨੂੰ ਮੌਕੇ ਤੇ ਬਾਹਰ ਕੱਢ ਲਿਆ ਤੇ ਇਸ ਸੰਬੰਧੀ ਜਾਂਚ ਕਰ ਰਹੇ ਹਾਂ, ਬਾਕੀ ਇਸ ਨੂੰ ਧੋ ਕੇ ਪਤਾ ਲੱਗੇਗਾ ਕਿ ਇਹ ਕੀ ਚੀਜ਼ ਹੈ।
ਫਿਲਹਾਲ ਇਸ ਸੰਬੰਧੀ ਜਾਣਕਾਰੀ ਨਹੀਂ ਹੈ ਕਿ ਇਹ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ ਚੀਜ਼। ਇਸ ਸੰਬੰਧੀ ਅਸੀਂ ਜਾਂਚ ਕਰ ਰਹੇ ਹਾਂ, ਧੋ ਕੇ ਪਤਾ ਲੱਗੇਗਾ ਕਿ ਇਹ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ। ਤਾਂ ਦੱਸ ਦਈਏ ਕਿ ਇਲਾਕੇ ਦੇ ਵਿੱਚ ਸਨਸਨੀ ਫੈਲੀ ਸੀ ਕਿ ਇਹ ਏਟੀਐਮ ਮਸ਼ੀਨ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਗੰਦੇ ਨਾਲੇ ਦੇ ਵਿੱਚ ਇੱਕ ਏਟੀਐਮ ਮਸ਼ੀਨ ਹੋਣ ਦੀ ਅਫਵਾਹ ਉੱਡੀ ਸੀ। ਫਿਲਹਾਲ ਇਸ ਸੰਬੰਧੀ ਕੁਝ ਪਤਾ ਨਹੀਂ ਹੈ ਕਿ ਇਹ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ ਮਸ਼ੀਨ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਜਿਹੜੀ ਉਹ ਪੁਲਿਸ ਨੂੰ ਮਿਲਦੀ ਹੈ ਅਤੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਕੇ ਮਸ਼ੀਨ ਰਾਹੀਂ ਇਸ ਨੂੰ ਬਾਹਰ ਕੱਢਦਾ ਹੈ ਅਤੇ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ, ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ, ਉਹ ਹੁਣ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ। ਦੇਖੋ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨੇ ਤੇ ਸੁੱਟ ਕੇ ਗਏ ਨਾਲੇ। ਨਹੀਂ ਬੰਦੇ ਤਾਂ ਨਹੀਂ ਹਲੇ ਕੋਈ ਹੋਈ, ਬੰਦੇ ਜਾਂਚ ਕਰ ਰਹੇ। ਸੂਚਨਾ ਕੀ ਮਿਲੀ ਸੀ? ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ, ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ, ਏਟੀਐਮ ਮਸ਼ੀਨ ਟਾਈਪ ਹੈਗੀ ਆ, ਪਰ ਹੁਣ ਕੱਢੀ ਆ ਬਾਹਰ, ਹੁਣ ਖੋਲ ਚੈੱਕ ਕਰ। ਕਲੀਅਰ ਨਹੀਂ ਹੋਇਆ ਕਿ ਏਟੀਐਮ ਹੈਗਾ ਕਿ ਨਹੀਂ? ਹਾਂਜੀ ਹਾਂਜੀ ਹਲੇ ਕਲੀਅਰ ਨਹੀਂ ਕਰਨੀ ਪਈ ਇਹਨੂੰ ਕੱਢਣ। ਬੜੀ ਮੁਸ਼ਕਲ, ਤੁਹਾਨੂੰ ਪਤਾ ਉਹ ਤਾਂ ਹੈਗਾ। ਬੰਦਾ ਫੜਿਆ ਗਿਆ ਕੋਈ? ਨਹੀਂ ਬੰਦਾ ਨਹੀਂ ਹਲੇ ਕੋਈ ਵੀ। ਅੱਛਾ ਵੀਰ ਜੀ, ਕਿੰਨਾ ਟਾਈਮ ਲੱਗਾ ਵਾ, ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਕੱਢੀ ਆ, ਕਿੰਨੀ ਦੇਰ, ਕਿੰਨਾ ਟਾਈਮ ਲੱਗ ਗਿਆ? ਘੰਟਾ ਡੇਢ ਘੰਟਾ ਤੇ ਲੱਗ ਗਿਆ ਜੀ। ਇਨਫੋਰਮੇਸ਼ਨ ਕਿਹਨੇ ਦਿੱਤੀ? ਗੁਪਤ ਸੂਚਨਾ ਸੀ? ਗੁਪਤ ਸੂਚਨਾ, ਗੁਪਤ ਸੂਚਨਾ ਦਿੱਤੀ ਜੀ। ਤਾਂ ਹੁਣ ਅਗਲੀ ਕਾਰਵਾਈ ਕੀ ਹੈ? ਜੋ ਬੰਦੀ ਕਰੀ ਜਾਂਚ ਕਰਦੇ ਆ, ਪਹਿਲਾਂ ਵੇਖਦੇ ਕੀ ਹੈਗਾ ਵਾ, ਜੋ ਹੋਏਗਾ ਉਹ ਸਭ ਨਾਲ ਕਰਾਂਗੇ। ਇੱਥੋਂ ਲੈ ਕੇ ਚੱਲੇ? ਇੱਥੋਂ ਲੈ ਕੇ ਚੱਲੇ ਹੁਣ। ਇੱਥੇ ਰੌਲਾ ਪਿਆ ਸੀ ਕੋਈ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ, ਤੇ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ, ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ, ਹੁਣ ਇਹਨੂੰ ਧੋ ਕੇ ਵੇਖਣਗੇ ਵੀ ਕੀ ਹੈ, ਇਹ ਤੋਂ ਬਾਅਦ ਪਤਾ ਲੱਗੇਗਾ। ਉਹਨਾਂ ਮਸ਼ੀਨ ਬਾਹਰ ਲੱਗੀ ਹੈ, ਨਿਕਲੀ ਹੈ, ਲੱਗਦਾ ਵੀ ਏਟੀਐਮ ਦੀ ਮਸ਼ੀਨ ਜਾਂ ਕੋਈ ਹੋਰ? ਨਹੀਂ ਕੋਈ ਹੈ ਤਾਂ ਸਾਰੀ ਲੱਗਦੀਆਂ, ਏਟੀਐਮ ਮਸ਼ੀਨ ਹੀ ਲੱਗਦੀ ਸੀ ਵੇਖਣ ਨੂੰ, ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ। ਜਾਂਚ ਮਸ਼ਕਤ ਕਰਨੀ ਪਈ ਇਹਨੂੰ ਕੱਢਣ ਵਾਸਤੇ, ਜੇ ਸੀ ਬੀ ਮੰਗਾਉਣੀ ਪਈ ਆ, ਬੰਦਿਆਂ ਨੇ ਜਾ ਕੇ ਥੱਲਿਓ ਰੱਸਾ ਪਾਇਆ ਵਾ, ਫਿਰ ਮੁੜ ਕੇ ਨਿਕਲੀ ਬਾਹਰ, ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਇਹਦੇ ਵਿੱਚ।